ਸੋਤਿ ਜੀ ਗੱਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਅੱਜ 2 ਤੇ 3 ਮਈ ਦੀ ਕਿ 2 ਮਈ ਨੂੰ ਕੀ ਪੰਜਾਬ ਮੌਸਮ ਦੀ ਅੱਜ ਹਲਚਲ ਸਵੇਰ ਦੇ ਸਮੇਂ ਦੇਖਣ ਨੂੰ ਮਿਲ ਸਕਦੀ ਹੈ ਸੋ ਪਹਿਲਾਂ ਤਾਜ਼ਾ ਸੈਟੇਲਾਈਟ ਤਸਵੀਰ ਦੇਖਦੇ ਹਾਂ ਕਿ ਬੱਦਲਬਾਈ ਹਲਕੀ ਦਰਮਿਆਨੀ ਟੁੱਟਵੇਂ ਰੂਪ ਵਿੱਚ ਪੰਜਾਬ ਵਿੱਚ ਬਣੀ ਹੋਈ ਹੈ ਕਿਣਮਣ ਦਾ ਮਾਹੌਲ ਕੁਝ ਪੂਰਬੀ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਉਧਰ ਪੱਛਮੀ ਪਾਸੇ ਵੀ ਇੱਕ ਬੱਦਲੀ ਸਿਸਟਮ ਹੈ ਜਿਹੜਾ ਪੰਜਾਬ ਵਿੱਚ ਐਂਟਰ ਹੋ ਰਿਹਾ ਹੈ ਸੂਚਿ ਦੇ ਚੱਲਦੇ ਆਪਾਂ ਨੂੰ ਮੌਸਮ ਦੇ ਵਿੱਚ ਇਹ ਅਸਾਰ ਨੇ ਕਿ ਸਵੇਰ ਦੇ ਪਹਿਲੇ ਘੰਟੇ ਵਿੱਚ ਕੁਝ ਪੂਰਬੀ ਹਿੱਸਿਆਂ ਦੇ ਵਿੱਚ ਥੋੜੀ ਬਹੁਤ ਗੜਮਟ ਦਾ ਇਹ ਮਾਹੌਲ ਦੇਖਣ ਨੂੰ ਮਿਲੂਗਾ ਤੇ ਲਗਭਗ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਿਹੜਾ ਪੰਜਾਬ ਦਾ ਪੱਛਮੀ ਜ਼ਿਲ੍ਹੇ ਨੇ ਸਰਹੱਦੀ ਪਾਸਾ ਉਸ ਸਾਈਡ ਦੇ ਇਲਾਕਿਆਂ ਜ਼ਿਲ੍ਹਿਆਂ ਦੇ ਵਿੱਚ ਵੀ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਲਗਭਗ 8:00 ਵਜੇ ਦੇ ਆਸ-ਪਾਸ ਤੋਂ 7-8 ਵਜੇ ਤੋਂ ਇਹਨਾਂ ਇਲਾਕਿਆਂ ਵਿੱਚ ਜਿਹੜਾ ਬੱਦਲੀ ਸਿਸਟਮ ਐਂਟਰ ਹੋਣਾ ਸ਼ੁਰੂ ਹੋ ਜਾਵੇਗਾ ਹਾਲਾਂਕਿ ਟਟਮੀ ਬੱਦਲ ਵਾਈਆ ਸਵੇਰ ਦੇ ਤੜਕੇ ਸਮੇਂ ਤੋਂ ਐਂਟਰ ਹੋ ਰਹੀ ਹੈ ਪਰ ਆਉਂਦੇ ਘੰਟਿਆਂ ਦੇ ਵਿੱਚ ਪੱਛਮੀ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਵਿੱਚ ਮੀਂਹ ਦੀਆਂ ਗਤੀਵ੍ਰੀਆਂ ਹਨੇਰੀ ਨਾਲ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਇਹਨਾਂ ਵਿੱਚ ਇਲਾਕਿਆਂ ਦੀ ਗੱਲ ਕਰੀਏ ਤਾਂ ਆਪਾਂ ਉੱਤਰੀ ਇਲਾਕਿਆਂ ਦੇ ਨੇੜੇ ਉਹ ਜਿਹੜਾ ਉੱਤਰ-ਪੱਛਮੀ ਇਲਾਕੇ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ, ਅਮਰਸਰ, ਤਰਨਤਨ ਸਾਹਿਬ ਇਸ ਤੋਂ ਇਲਾਵਾ ਫਰੋਜਪੁਰ ਦੇ ਇਲਾਕੇ ਫਾਜ਼ਿਲਕਾ ਹੋ ਗਿਆ, ਫਰੀਦਕੋਟ, ਮੁਕਸ ਸੋ ਇਹਨਾਂ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਆਉਂਦੇ ਇੱਕ ਪੰਜ-ਚਾਰ ਘੰਟਿਆਂ ਦੇ ਵਿੱਚ ਬੱਦਲਵਾਈ ਨਾਲ ਮੀਂਹ ਦੀਆਂ ਗਤੀਵਿਧੀਆਂ ਟੁੱਟਣ ਦੇ ਰੂਪ ਵਿੱਚ ਕੁਝ ਭਾਗਾਂ ਵਿੱਚ ਕਿਣਮਣ ਹਲਕੀ ਦਰਮਿਆਨੀ ਬਰਸਾਤ ਅਤੇ ਤੇਜ਼ ਸ਼ਰਾਟੇਦਾਰ ਮੀਂਹ ਵੀ ਕੁਝ ਭਾਗਾਂ ਵਿੱਚ ਤੇਜ਼ ਹਵਾਵਾਂ ਦਾ ਦਰਮਿਆਨ ਦੇਖਣ ਨੂੰ ਮਿਲ ਸਕਦਾ ਹੈ ਤੇ ਉਸ ਤੋਂ ਬਿਨਾ ਬਾਕੀ ਪੰਜਾਬ ਦੇ ਵਿੱਚ ਵੀ ਟੁੱਟਮੀ ਦਰਮਿਆਨੀ ਬੱਦਲਬਾਗੀ ਬਣੀ ਰਹੇਗੀ ਲਗਭਗ ਦਿਨ ਦੇ ਸਮੇਂ ਮੌਸਮ ਵੜਾ ਇਸੇ ਤਰ੍ਹਾਂ ਬੱਦਲਵਾਈ ਵਾਲਾ ਬਣਿਆ ਰਹੇਗਾ ਹਾਲਾਂਕਿ ਕੁਝ ਹਿੱਸਿਆਂ ਦੇ ਵਿੱਚ ਧੁੱਪ ਤੋੜੀ ਬਹੁਤ ਟੁੱਟਮੀ ਰੂਪੇ ਜਿਹਾ ਜ਼ਰੂਰ ਦੇਖਣ ਨੂੰ ਮਿਲੇਗੀ ਕਿਉਂਕਿ ਇਹ ਜਿਹੜਾ ਸਿਸਟਮ ਹੈ ਇਹ ਬਹੁਤ ਜ਼ਿਆਦਾ ਕੋਈ ਤਕੜਾ ਸਿਸਟਮ ਨਹੀਂ ਹੈ ਜਿਹੜਾ ਲਗਾਤਾਰ ਮੀਂਹ ਦੀਆਂ ਗਤੀਵਿਧੀਆਂ ਦੇ ਅੰਦਰ ਰਹੇ ਸੋ ਜਿਸ ਦੇ ਚੱਲਦੇ ਮੌਸਮ ਦੇ ਵਿੱਚ ਪੈਚੀ ਰੂਪ ਵਿੱਚ ਮੀਂਹ ਦੇਖਣ ਨੂੰ ਮਿਲੂਗਾ ਕਿ ਕੁਝ ਭਾਗਾਂ ਵਿੱਚ ਕਿਸੇ ਵੇਲੇ ਮੀਂਹ ਪਿਆ ਕੁਝ ਵਿੱਚ ਸਵੇਰੇ ਕੁਝ ਇਲਾਕਿਆਂ ਵਿੱਚ ਦੁਪਹਿਰ ਨੂੰ ਕੁਝ ਸ਼ਾਮ ਨੂੰ ਸ ਲਗੀ ਆ ਤੇ ਰਾਤ ਸਮੇ ਵੀ ਮੀਂਹ ਦੀਆਂ ਗਤੀਵਿਧੀਆਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਥੋੜੇ-ਬਹੁਤ ਹੋਣ ਦੇ ਅਸਰ ਬਣੇ ਹੋਏ ਨੇ ਤੇ ਕੱਲ 3 ਮਈ ਨੂੰ ਵੀ ਮੌਸਮ ਲਗਭਗ ਇਸੇ ਤਰ੍ਹਾਂ ਦਾ ਰਹੇਗਾ ਕੁਝ ਥੋੜਾ-ਬਹੁਤ ਸੁਧਾਰ ਹੋ ਸਕਦਾ ਹੈ ਪਰ ਟੁੱਟਵੇਂ ਰੂਪ ਵਿੱਚ ਪੰਜਾਬ ਦੇ 30 ਤੋਂ 40-50% ਇਲਾਕਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਕੱਲ ਨੂੰ ਵੀ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਕੱਲ ਦੀ ਜਿਹੜੀ ਤਾਜ਼ਾ ਅਪਡੇਟ ਆਪੀਗੀ ਉਹ ਕੱਲ ਦੀ ਵੀਡੀਓ ਵਿੱਚ ਫਿਰ ਲੈ ਕੇ ਹਾਜ਼ਰ ਹੋਵਾਂਗੇ ਸੋ ਉਦੋਂ ਤੱਕ ਲਈ ਜਾ ਜਦਿਓ ਧੰਨਵਾਦ ਜੀ